ਸਤ ਸ੍ਰੀ ਅਕਾਲ ਸカイ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਦਾ ਜੀ ਆਇਆਂ ਨੂੰ ਤੇ ਮੈਂ ਆ ਤੁਹਾਡੇ ਨਾਲ ਪ੍ਰਕਾਸ਼ ਫੁਲਾਰਾ ਇਸ ਵੇਲੇ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਜਿੱਥੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਵਿਰੋਧ ਕੀਤਾ ਗਿਆ ਬੀਏਪੀ ਵਰਕਰਾਂ ਦੇ ਵੱਲੋਂ ਇਹ ਵਿਰੋਧ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਆਖਰ ਕਿਸ ਤਰੀਕੇ ਦੇ ਨਾਲ ਇਹ ਵਿਰੋਧ ਜਿਹੜਾ ਹੈਗਾ ਪਾਸ ਪਾਸ ਵਰਕਰਾਂ ਦੇ ਵੱਲੋਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਕੀਤਾ ਜਾ ਰਿਹਾ ਹੈ ਦਰਸਲ ਤੁਹਾਨੂੰ ਦੱਸ ਦਈਏ ਕਿ ਇੱਥੇ ਸੁੰਦਰ ਸ਼ਾਮ अरोड़ा ਜਿਹੜੇ ਸੀਗੇ ਕੈਬਨਿਟ ਮੰਤਰੀ ਹੈਗੇ ਨੇ ਜਿਹੜੇ ਉਹ ਕਮਿਊਨਿਟੀ ਹਾਲ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਸਨ ਤੇ ਇਸ ਦੌਰਾਨ ਪਾਸਪਾਸ ਵਰਕਰ ਉੱਥੇ ਆ ਗਏ ਤੇ ਉਹਨਾਂ ਨੇ ਉਹਨਾਂ ਦੇ ਖਿਲਾਫ ਜਮਕੇ ਨਾਰੇਬਾਜੀ ਕੀਤੀ ਹੈ ਲਗਾਤਾਰ ਇਸ ਇੱਕ ਗਲ ਦਾ આરોਪ ਲਗਾਇਆ ਜਾ ਰਿਹਾ ਹੈ ਭਾਜਪਾ ਦੇ ਵੱਲੋਂ ਕਿ ਕਮਿਊਨਿਟੀ ਸੈਂਟਰ ਨੂੰ ਬਣਾਉਣ ਦੇ ਉੱਤੇ ਕਥਿਤ ਤੌਰ ਦੇ ਵਿੱਚ ਘਟਾਲਾ ਕੀਤਾ ਗਿਆ ਜਿਸ ਨੂੰ ਲੈ ਕੇ ਲਗਾਤਾਰ ਜਿਹੜੇ ਸੁੰਦਰ ਸ਼ਾਮ अरोड़ा ਹੈਗੇ ਆ ਉਹ ਵਿਵਾਦਾ ਦੇ ਵਿੱਚ ਵੀ ਨੇ ਤੇ ਅੱਜ ਉਹਨਾਂ ਦਾ ਜ਼ੋਰਦਾਰ ਜਿਹੜਾ ਵਿਰੋਧ ਹੈ ਉਹ ਇੱਥੇ ਹੋਇਆ ਹਾਲਾਂਕਿ ਇਸ ਦੌਰਾਨ ਪੁਲਿਸ ਦੇ ਨਾਲ ਆਪਸ-ਪਾਸ ਵਰਕਰਾਂ ਦੀ ਝੜਪ ਵੀ ਹੋ ਗਈ ਕਿਉਂਕਿ ਭਾਜਪਾ ਵਰਕਰ ਉਹ ਕਮਿਊਨਿਟੀ ਹਾਲ ਦੇ ਅੰਦਰ ਜਾਣ ਦੀ ਕੋਸ਼ਿਸ਼ਾਂ ਕਰ ਰਹੇ ਸਨ ਲੇਕਿਨ ਸਖਤ ਪੁਲਿਸ ਪ੍ਰਬੰਧ ਹੋਣ ਦੇ ਕਾਰਨ ਉਹ ਅੰਦਰ ਨਹੀਂ ਜਾ ਸਕੇ ਜਿਸ ਦੇ ਕਾਰਨ ਬਾਹਰ ਪੁਲਿਸ ਦੇ ਨਾਲ ਉਹਨਾਂ ਦੀ ਝੜਪ ਹੋ ਗਈ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੀਆਂ ਕਿ ਆਖਰ ਕਿਸ ਤਰੀਕੇ ਦੇ ਨਾਲ ਇਹ ਝੜਫੋਈਆ ਗੱਲਬਾਤ ਦੇ ਦੌਰਾਨ ਪਾਸਪਾ ਗੂ ਤਿਕਸ਼ਨ ਸੂਧ ਨੇ આરોਪ ਲਗਾਇਆ ਕਿ ਕਾਂਗਰਸ ਸਰਕਾਰ ਅਤੇ ਇਸ ਦੇ ਮੰਤਰੀ ਸਿਰਫ ਤੇ ਸਿਰਫ ਕੋਟਾਲੇ ਬਾਜ਼ ਬਣ ਕੇ ਰਹਿ ਗਏ ਨੇ ਉਹਨਾਂ ਕਿਹਾ ਕਿ ਮੰਤਰੀ ਦੇ ਵੱਲੋਂ ਬਣਾਏ ਗਏ ਕਮਿਊਨਿਟੀ ਹਾਲ ਦੇ ਵਿੱਚ ਵੀ ਵੱਡੇ ਪੱਧਰ ਤੇ ਕੋਟਾਲਾ ਕੀਤਾ ਗਿਆ ਜਿਸ ਦਾ ਕਿ ਪਾਸਪਾ ਦੇ ਵੱਲੋਂ ਲਗਾਤਾਰ ਖੁਲਾਸਾ ਵੀ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ ਲੇਕਿਨ ਸਰਕਾਰ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ ਐਕਸ਼ਨ ਨਹੀਂ ਲਿੱਤਾ ਜਾ ਰਿਹਾ ਜਿਸ ਦੇ ਵਿਰੋਧ ਦੇ ਕਰਨ ਅੱਜ ਜਦੋਂ ਮੰਤਰੀ ਸਾਹਿਬ ਇੱਥੇ ਉਦਘਾਟਨ ਕਰਨ ਦੇ ਲਈ ਪਹੁੰਚੇ ਤਾਂ ਫੇ ਭਾਜਪਾ ਵਰਕਰ ਵੀ ਉੱਥੇ ਇਕੱਠੇ ਹੋ ਗਏ ਤੇ ਉਹਨਾਂ ਨੇ ਉੱਥੇ ਜੰਮ ਕੇ ਵਿਰੋਧ ਕੀਤਾ ਹੈ ਪੁਲਿਸ ਨਾਲ ਝੜਪ ਹੋ ਗਈ ਹੈ ਤਸਵੀਰਾਂ ਤੁਹਾਨੂੰ ਦਿਖਾਣੇ ਕਿ ਆਕਰ ਕਿਸ ਤਰੀਕੇ ਦਾ ਵਿਰੋਧ ਦਾ ਸਾਹਮਣਾ ਜਿਹੜਾ ਹੈਗਾ ਉਹ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਭੁਗਤਣਾ ਪਿਆ ਹੈ